ਕੀਤੀ ਸੀ ਅਤੇ ਇਹ ਘਸ ਗਈ। ਹੁਣ ਚੇਂਜ ਕਰਨੀ ਆਪਾਂ। ਇਹ ਘਸ ਗਿਆ ਜੀ। ਇਸ ਕਰਕੇ ਚੇਂਜ ਕਰਨਾ ਪੈਂਦਾ ਹੈ। ਲਓ ਜੀ, ਇਹ ਵਾਰਮ ਸੈੱਟ ਚੇਂਜ ਕਰਨਾ ਜੀ। ਮੀਟਰ ਵੀ ਹਿਲੇ ਹਿਲ ਕੇ ਚੱਲਦੀ ਹੈ, ਇਸ ਕਰਕੇ ਇਹ ਆਪਾਂ ਚੇਂਜ ਕਰਨਾ। ਇਹ ਚੀਜ਼ ਇਹ ਚੇਂਜ ਕਰਨੀ ਹੈ, ਠੀਕ ਹੈ ਜੀ। ਅਤੇ ਵਾਰਮ ਸੈੱਟ ਹੈ, ਸਪੀਡੋਮੀਟਰ ਵਾਰਮ ਸੈੱਟ ਕਹਿੰਦੇ ਨੂੰ, ਠੀਕ ਹੈ ਜੀ। ਅਤੇ ਇਹ ਖੋਲ ਲਿਆ, ਇਹਦੇ ਵਿੱਚ ਹੁੰਦਾ ਹੀ ਲੱਗਾ ਇਹ ਇੱਥੇ, ਠੀਕ ਹੈ ਜੀ। ਇੱਕ ਉਹ ਛੋਟੀ ਗਰਾਰੀ ਦਿੱਤੀ ਹੋਣੀ ਤੁਹਾਨੂੰ ਵਿੱਚ, ਆਈ ਥਿੰਕ ਉਹ ਛੋਟੀ ਗਰਾਰੀ, ਠੀਕ ਹੈ ਜੀ। ਉਹ ਤਾਂ ਠੀਕ ਹੀ ਆ, ਆਪਾਂ ਉਹ ਚੇਂਜ ਕਰਨੀ। ਆਪਾਂ ਚੇਂਜ ਕਰਨੀ ਸੀ ਇਹ ਵਾਲੀ। ਇਹਦੇ ਦੰਦੇ ਘਸ ਗਏ ਆ ਜੀ, ਤੁਹਾਨੂੰ ਮੈਂ ਸਾਫ਼ ਕਰਕੇ ਦਿਖਾ ਦਿੰਦਾ। ਇਹ ਘਸ ਗਏ ਜੀ ਇਹਦੇ ਦੰਦੇ, ਦੇਖੋ। ਦੇਖੋ ਇਹ ਘਸ ਗਏ ਦੰਦੇ, ਅਤੇ ਇਸ ਕਰਕੇ ਚੇਂਜ ਕਰਨੀ ਪੈਣੀ ਆ, ਠੀਕ ਹੈ ਜੀ। ਇਹ ਪਲਾਸਟਿਕ ਦੀ ਆ, ਪਹਿਲਾਂ ਇਹਦੇ ਵਿੱਚ ਲੋਹੇ ਦੀ ਸੀ, ਇਹ ਬਾਅਦ ਵਿੱਚ ਚੇਂਜ ਕੀਤੀ ਸੀ ਅਤੇ ਇਹ ਘਸ ਗਈ। ਹੁਣ ਚੇਂਜ ਕਰਨੀ ਆਪਾਂ। ਇਹ ਨਵਾਂ ਸੈੱਟ, ਠੀਕ ਹੈ ਜੀ। ਇਹ ਚੇਂਜ ਕਰਦੇ ਹਾਂ। ਇਹ ਦੋ ਚੀਜ਼ਾਂ ਆਉਂਦੀਆਂ ਜੀ ਵਿੱਚੋਂ ਨਵੀਂ ਦੇ ਵਿੱਚ। ਇਹ ਮੇਰੀ ਗਰਾਰੀ ਤਾਂ ਸਹੀ ਆ ਜੀ ਉਹਦੇ ਵਾਲੀ, ਠੀਕ ਹੈ ਜੀ। ਇਹ ਆਪਾਂ ਚੇਂਜ ਨਹੀਂ ਕਰਨੀ, ਸਿਰਫ ਆਪਾਂ ਆਹ ਚੇਂਜ ਕਰਨਾ, ਠੀਕ ਹੈ ਜੀ। ਤੁਹਾਨੂੰ ਇਹ ਵਾਲੀ ਗਰਾਰੀ ਲੱਗੀ ਹੋਈ ਆ, ਇਹ ਵਾਲੀ ਜਗ੍ਹਾ 'ਤੇ ਦੇਖੋ। ਇਹ ਗਰਾਰੀ ਲੱਗੀ ਹੋਈ ਆ ਇਹਦੇ ਨਾਲ ਦੀ ਆ, ਠੀਕ ਹੈ ਜੀ। ਇਹ ਆਪਾਂ ਚੇਂਜ ਨਹੀਂ ਕਰਨੀ, ਇਹ ਸਹੀ ਆ ਹਜੇ, ਠੀਕ ਹੈ ਜੀ। ਆਪਾਂ ਸਿਰਫ ਆਹ ਚੇਂਜ ਕਰਨੇ ਆ। ਇਹ ਗਰੀਸ ਲਾ ਕੇ ਇਹਨੂੰ ਫਿੱਟ ਕਰਦੇ ਹਾਂ ਆਪਾਂ, ਫਿਰ ਕਰਦੇ ਹਾਂ ਕੋਈ ਹੋਰ ਕੰਮ, ਬਾਕੀ ਫਿਰ ਅੱਗੇ ਦੱਸਦੇ ਹਾਂ ਤੁਹਾਨੂੰ, ਠੀਕ ਹੈ ਜੀ। ਚਲੋ।
इन्हें भी बच्चों पहले साफ कर दिए, साफ करके नमी ग्रीस लाने हैं। जी एक गरारी आई, ये जो मिस कर दिया ना तो मीटर वाली सुई टिक के नहीं चलती, ये ऐ करती रहती मीटर वाली सुई। ठीक है जी, इस ये दंदे मिस कर दिया तो वो करके ऐ करती सुई वो। ठीक है जी, एक बार ऐ घुमा के जरूर देख लियो जी ये घूमती है कि नहीं। ठीक है जी, तो जब मैं घुमाऊँगा वो गरारी है बिच वो घूमूगी। ठीक है जी, घूम रही है जी। ये साढ़े लैदर ये भी बिच लाने ला के दादे थानू।
ये लो जी, ये साड़ा हो गया रेडी। ठीक है जी, मीटर की सुई भी चढ़ दी है। ठीक है जी, ठीक है जी। वीडियो बढ़िया लगी तो लाइक शेयर तो सब्सक्राइब जो कर दिया जी। ठीक है जी, मिलते हैं फिर अगली वीडियो के बाय बाय।